ਅੱਛਾ ਅੱਜ ਸੌਦਾ ਜਿਹੜਾ ਨਾ ਉਹ ਕਿਦਾਂ ਦਾ ਹੋ ਰਿਹਾ ਤੇ ਗੁਰਬਾਣੀ ਅਨੁਸਾਰ ਗੁਰੂ ਪਾਤਸ਼ਾਹ ਨੇ ਸੌਦਾ ਕਿਦਾਂ ਦਾ ਦੱਸਿਆ ਦੁਨਿਆਵੀ ਸੌਦੇ ਇਦਾਂ ਨੇ ਵੀ ਸਤਗੁਰਜੀ ਤੁਸੀਂ ਸਾਡਾ ਆਹ ਕੰਮ ਸਵਾਰ ਦਿਓ ਤੇ ਇਹਦੀ ਬਦੌਲਤ ਮੈਂ ਗੁਰਦੁਆਰੇ ਏਸੀ ਲਿਆ ਚੜਾ ਦਿਆਂਗਾ ਪੱਖਾ ਲਿਆ ਚੜਾ ਦਿਆਂਗਾ ਪਰ ਸੱਚਮੁੱਚ ਸਾਧ ਸੰਗਤ ਸਤਗੁਰੂ ਸੱਚੇ ਪਾਤਸ਼ਾਹ ਨੂੰ ਸਾਡੇ ਏਸੀ ਦੀ ਲੋੜ ਹੈ ਇਹ ਦਰਸਲ ਇਹ ਏਸੀ ਜਿਹੜੇ ਨਾ ਇਹ ਗੁਰੂ ਪਾਤਸ਼ਾਹ ਵਾਸਤੇ ਨਹੀਂ ਹੈ ਗੁਰੂ ਪਾਤਸ਼ਾਹ ਗੁਰੂ ਪਾਛਾ ਦਾ ਨਾਮ ਹੀ ਇੰਨਾ ਠੰਡਾ ਹੈ ਸਤਿਗੁਰੂ ਕਹਿੰਦੇ ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦੀ ਗੁਰੂ ਦਾ ਨਾਮ ਹੀ ਇੰਨਾ ਠੰਡਾ ਹੈ ਵੀ ਉਹ ਤੇ ਤਪ ਦਿਓ ਕੜਾਹੇ ਵੀ ਠੰਡੇ ਕਰ ਸਕਦਾ ਪਰ ਸਾਡੇ ਏਸੀ ਥੋੜਾ ਗੁਰੂ ਨੂੰ ਠੰਡਕ ਦੇ ਰਹੇ ਨੇ ਇਹ ਦਰਅਸਲ ਸਾਡੇ ਵਾਸਤੇ ਹੈ ਵੀ ਅਸੀਂ ਇਹ ਗਰਮੀ ਦੇ ਮੌਸਮ ਦੇ ਵਿੱਚ ਬੈਠੀ ਤਾਂ ਕਿ ਸਾਨੂੰ ਵਾਤਾਵਰਨ ਇਦਾਂ ਦਾ ਮਿਲ ਜਾਏ ਵੀ ਉਸ ਪਰਮਾਤਮਾ ਦੀ ਭਜਨ ਨੰਦਗੀ ਕਰਨ ਦੇ ਵਿੱਚ ਆ ਸਾਨੂੰ ਕੋਈ ਬਿੱਤ ਨਾ ਲੱਗੇ ਸੋ ਸਤਿਗੁਰੂ ਸੱਜੇ ਪਾਤਸ਼ਾਹ ਨੇ ਆ ਚੀਜ਼ਾਂ ਜਿਹੜੀਆਂ ਨੇ ਲੋੜ ਅਨੁਸਾਰ ਅਸੀਂ ਜਰੂਰ ਗੁਰੂ ਘਰ ਚ ਬਣਾਉਣੀ ਆ ਪਰ ਸਾਡੇ ਮਨ ਚ ਹੋਵੇ ਵੀ ਸਾਡੀ ਆ ਚੀਜ਼ ਦਿੱਤੀਆਂ ਕਿਤੇ ਗੁਰੂ ਖੁਸ਼ ਹੁੰਦਾ ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਲੇਖਾ ਇੱਕ ਮਨ ਚੋਂ ਕੱਢ ਦੇ ਤੂੰ ਦੁਨਿਆਵੀ ਚੀਜ਼ ਤੇ ਛੱਡ ਜੇ ਕਿਤੇ ਤੂੰ ਆਪਣੇ ਬਰਾਬਰ ਤੋਲ ਕੇ ਸੋਨਾ ਆਪਣੇ ਬਰਾਬਰ ਤੋਲ ਕੇ ਸੋਨਾ ਵੀ ਮੈਨੂੰ ਦੇ ਦੇਣਾ ਤੇ ਮੈਂ ਤੇ ਖੁਸ਼ ਤਾਂ ਵੀ ਨਹੀਂ ਹੋਣ ਵਾਲਾ ਬਣੀ ਦਾ ਸ਼ਬਦ ਨਾ ਕੰਚਨ ਸਿਓ ਪਾਈਆ ਨਹੀਂ ਤੋਲ ਸਤਿਗੁਰੂ ਕਹਿੰਦੇ ਮੈਂ ਸੋਨੇ ਦੇ ਨਾਲ ਵੀ ਨਹੀਂ ਖੁਸ਼ ਕਦਰ ਨਾਲ ਨਹੀਂ ਮੰਨਦਾ RAMLIA ਹੈ ਮੋਲ ਗੱਲ ਮੰਨਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਮੈਨੂੰ ਮਨ ਤੂੰ ਫੜਾਉਂਦਾ ਨਹੀਂ ਬਾਕੀ ਦੁਨੀਆ ਦੀ ਹਰ ਇੱਕ ਚੀਜ਼ ਦੇਣ ਵਾਸਤੇ ਤਿਆਰ ਪਰ ਇੱਥੇ ਸੋਦੇ ਮੰਨਦੇ ਨੇ ਗੁਰੂ ਨਾਲ ਸੌਦਾ ਮੰਨਦਾ ਹੈ ਸਾਧ ਸੰਗਤ ਮੈਂ ਇੱਕ ਦੁਨੀਆਵੀ ਰਾਜੇ ਦੀ ਇੱਕ ਐਗਜ਼ਾਮਪਲ ਦੇ ਆ ਸਕੰਦਰ ਲੰਬਾ ਸਮਾਂ ਹਿੰਦੁਸਤਾਨ ਦੀ ਧਰਤੀ ਤੇ ਉਹਨੇ ਰਾਜ ਕੀਤਾ ਹੈ ਔਰ ਬਹੁਤ ਜ਼ਾਲਮ ਸੀ ਸਕੰਦਰ ਦਾ ਜਦੋਂ ਜ਼ਾਲਮ ਰਾਜਿਆਂ ਦੀ ਗੱਲ ਚੱਲਦੀ ਤਾਂ ਉਹਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਔਰ ਸਭ ਤੋਂ ਵੱਡਾ ਜਿਹੜੇ ਉਹਦੇ ਮੱਥੇ ਤੇ ਸਟਿਗਮਾ ਲੱਗਾ ਕਲੰਕ ਲੱਗਾ ਉਹ ਕੀ ਲੱਗਿਆ ਸਕੰਦਰ ਨੇ ਸਭ ਤੋਂ ਵੱਡਾ ਜਿਹੜਾ ਪਾਪ ਕੀਤਾ ਕਹਿੰਦੇ ਇੱਕ ਵਾਰ ਉਹਨੇ ਆਪਣੇ ਇਲਾਕੇ ਦੇ ਵਿੱਚ ਆਪਣੇ ਮੰਤਰੀ ਨੂੰ ਪੁੱਛਿਆ ਵੀ ਇੰਨਾ ਜ਼ੁਲਮ ਕਰੋ ਵੀ ਸਾਡੇ ਇਲਾਕੇ ਦੇ ਵਿੱਚ ਨਾ ਕਿਸੇ ਕੋਲ 1 ਰੁਪਿਆ ਵੀ ਨਾ ਬਚੇ ਅੱਛਾ ਮੰਤਰੀ ਨੇ ਰਾਜੇ ਦੇ ਕਹਿਣ ਤੇ ਜ਼ੁਲਮ ਕਰਨੇ ਢਾਣੇ ਸ਼ੁਰੂ ਕਰਤੇ ਸ਼ਮਵਿੱਤਿਆ ਉਹਨੇ ਇੱਕ ਦਿਨ ਸੱਦੇ ਆਪਣੇ ਮੰਤਰੀ ਨੂੰ ਕਹਿੰਦਾ ਵੀ ਸਾਡੇ ਇਲਾਕੇ 'ਚ ਕਿਸੇ ਕੋਲ ਪੈਸਾ ਰਹਿ ਗਿਆ। ਉਹ ਕਹਿੰਦਾ ਮਹਾਰਾਜ ਜੁਲਮੀ ਇਹਨੇ ਕੀਤੇ ਵੀ ਪੈਸੇ ਦਾ ਤੇ ਨਾਮੋ ਨਿਸ਼ਾਨ ਨਹੀਂ ਹੈ। ਉਹ ਕਹਿੰਦਾ ਪੱਕਾ ਕਹਿੰਦਾ ਜੀ ਪੱਕਾ। ਕਹਿੰਦਾ ਫਿਰ ਕੱਲ ਨੂੰ ਇੱਕ ਐਲਾਨ ਕਰ ਦੇ ਵੀ ਜਿਹੜਾ ਆਦਮੀ 1 ਰੁਪਿਆ ਲੈ ਕੇ ਆਏਗਾ ਨਾ ਉਹਨੂੰ ਮੂੰਹ ਮੰਗਿਆ ਨਾਮ ਦਿੱਤਾ ਜਾਏਗਾ। ਐਲਾਨ ਉਹ ਗੱਟ ਢੋਰਾ ਪਟਵਾ ਦਿੱਤਾ ਗਿਆ ਵੀ ਬਾਦਸ਼ਾਹ ਵੱਲੋਂ ਹੁਕਮ ਹੈ ਜਿਹੜਾ 1 ਰੁਪਿਆ ਵੀ ਲਿਆ ਕੇ ਪੇਸ਼ ਕਰੇਗਾ ਉਹਨੂੰ ਮੂੰਹ ਮੰਗਿਆ ਜਿੰਨਾ ਨਾਮ ਮੰਗੇਗਾ ਉਹਨੂੰ ਦਿੱਤਾ ਜਾਏਗਾ। ਅੱਛਾ ਇੱਕ ਛੋਟਾ ਬੱਚਾ ਜਾ ਕੇ ਮਾਂ ਨੂੰ ਤੰਗ ਕਰਦਾ ਕਹਿੰਦਾ ਵੀ ਮਾਂ ਬਾਦਸ਼ਾਹ ਨੇ ਐਲਾਨ ਕੀਤਾ ਹੈ ਤੂੰ ਮੈਨੂੰ 1 ਰੁਪਿਆ ਦੇ ਹੁਣ ਮਾਂ ਕਹਿੰਦੀ ਕਹਿੰਦੀ ਬੇਟਾ ਬਾਦਸ਼ਾਹ ਇੰਨਾ ਜ਼ਲਮ ਹੈ ਉਹਨੇ ਤਾਂ ਕਿਸੇ ਕੋਲ ਪੈਸਾ ਛੱਡਿਆ ਹੀ ਨਹੀਂ ਤੈਨੂੰ ਕਿੱਥੋਂ ਲਿਦਿਆਂ ਹੁਣ ਬੱਚਾ ਜਿੱਦ ਕਰਦਾ ਬੱਚੇ ਦੀ ਜਿੱਦ ਗਾਂ ਮਾਂ ਮਜਬੂਰ ਹੋ ਕੇ ਗੱਲ ਕਹਿੰਦੀ ਫਿਰ ਬੇਟਾ ਜੇ ਤੈਨੂੰ 1 ਰੁਪਿਆ ਚਾਹੀਦਾ ਤੇ ਇੱਕ ਕੰਮ ਕਰ ਸਾਡੇ ਸਮਾਜ ਦੇ ਵਿੱਚ ਇੱਕ ਰਿਵਾਜ ਹੈ ਵੀ ਜਦੋਂ ਆਦਮੀ ਦੀ ਮੌਤ ਹੁੰਦੀ ਹੈ ਨਾ ਤੇ ਦਫਨਾਣ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਉੱਤੇ ਪੈਸੇ ਰੱਖੇ ਜਾਂਦੇ ਹਨ ਕੁਈ ਦਿਨ ਪਹਿਲਾਂ ਤੇਰੇ ਬਾਪ ਦੀ ਮੌਤ ਹੋਈ ਐ ਅਸੀਂ ਉਹਦੀ ਅੱਖਾਂ ਦੇ ਉੱਤੇ ਨਾ ਥੇਲੇ ਰੱਖੇ ਸੀ ਜਬ ਬਾਪ ਦੀ ਕਬਰ ਪੁੱਟ ਕੇ ਕੱਢ ਕੇ ਲਿਆ ਉਹ ਬੱਚਾ ਗਿਆ ਉਹਨੇ ਬਾਪ ਦੀ ਕਬਰ ਪੁੱਟੀ ਲਿਆ ਪੈਸੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਇਆ ਬਾਦਸ਼ਾਹ ਨੇ ਵੇਖਿਆ ਕਹਿੰਦਾ ਵੀ ਮੰਗ ਤੈਨੂੰ ਜਿੰਨਾ ਉਹਨੇ ਮੰਗਿਆ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਗਿਆ ਔਰ ਇੱਕ ਗੱਲ ਕਹੀ ਗਈ ਕਹਿੰਦੇ ਇਨਾਮ ਤੇ ਤੂੰ ਮੂੰਹ ਮੰਗਿਆ ਲੈ ਪਰ ਇੱਕ ਚੀਜ਼ ਦੱਸ ਤੂੰ ਪੈਸੇ ਲੈ ਕੇ ਕਿੱਥੋਂ ਆਏ ਉਹ ਕਹਿੰਦਾ ਜੀ ਮੈਂ ਆਪਣੇ ਬਾਪ ਦੀ ਕਬਰ ਪੁੱਟੀ ਉਹ ਜਿਹੜਾ ਕਲੰਕ ਜਿਹੜਾ ਸਟਿਗਮਾ ਉਹਦੇ ਮੱਥੇ ਤੇ ਲੱਗਾ ਦੂਜੇ ਦਿਨ ਸਿਕੰਦਰ ਨੇ ਐਲਾਨ ਕਰਾਤਾ ਵੀ ਮੇਰੇ ਰਾਜ ਜਿੱਥੇ ਤੱਕ ਰਾਜ ਦੀਆਂ ਹੱਦਾਂ ਨੇ ਉੱਥੇ ਤੱਕ ਜਿੰਨੇ ਵੀ ਕਬਰਸਥਾਨ ਨੇ ਸਾਰੇ ਕਬਰਸਥਾਨ ਖੋਦ ਕੇ ਉਹਨਾਂ ਦੇ ਵਿੱਚੋਂ ਪੈਸੇ ਕੱਢੇ ਜਾਂ ਇਹ ਉਹ ਜ਼ਾਲਮ ਬਾਦਸ਼ਾਹ ਸੀ ਜਿਨੇ ਕਵਰਾਂ ਦੇ ਵਿੱਚੋਂ ਵੀ ਪੈਸੇ ਕੱਢੇ ਪਰ ਇਦਾ ਇੱਕ ਵਜ਼ੀਰ ਜਿਹੜਾ ਸੀ ਬੜਾ ਨੇਕ ਸੀ ਉਹ ਸਮੇਂ-ਸਮੇਂ ਨੂੰ ਸਾਰਿਆਂ ਨੂੰ ਸਮਝਾਉਂਦਾ ਸੀ ਕਹਿੰਦਾ ਨਹੀਂ ਬਾਦਸ਼ਾਹ ਇਦਾਂ ਨਹੀਂ ਰਾਜ ਸਿੰਘਾਸਨ ਦੀ ਜਦੋਂ ਤਾਕਤ ਮਿਲ ਜੇ ਤੇ ਉਸ ਤਾਕਤ ਤੇ ਨਸ਼ੇ ਦੇ ਨਾਲ ਲੋਕਾਂ ਤੇ ਅਥਿਆਚਾਰ ਨਹੀਂ ਕਰੀਤੇ ਅਜ ਵੀ ਤੇ ਇਦਾਂ ਹੀ ਹੋ ਰਿਹਾ ਨਾ ਰਾਜ ਸਿੰਘਾਸਨ ਦੀ ਜਿਹਦੇ ਕੋਲ ਤਾਕਤ ਆਂਦੀ ਉਸ ਤਾਕਤ ਦੇ ਨਸ਼ੇ ਦੇ ਵਿੱਚ ਦੁਨੀਆ ਦੇ ਉੱਤੇ ਧੱਕਾ ਕਰਦਾ ਪਰ ਗੁਰੂ ਪਾਤਸ਼ਾਹ ਕਹਿੰਦੇ ਜਿੱਦਣ ਗੁਰੂ ਤਖਤ ਤੇ ਤੂੰ ਬੈਠੇ ਜੇ ਪ੍ਰਮਾਤਮਾ ਤੈਨੂੰ ਚੇਤੇ ਅਤੇ ਤੂੰ ਦੁਨੀਆ ਦੇ ਵਿੱਚ ਨਿਆਂ ਕਰੇਗਾ ਸ਼ਬਦ ਹੈ ਨਾ ਸ਼ਰੀ ਰਾਗ ਦਾ ਸੁਲਤਾਨ ਹੋਵਾਂ ਮੇਲ ਲਸ਼ਕਰ ਰਖ ਤਖਤ ਰਾਤਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਦਵਾ ਮਤ ਪੂ ਦੇਖ ਭੁਲਾ ਵਿਸਰਿਆ ਤੇਰਾ ਚਿਤ ਨਾ ਵੈ ਤੈਨੂੰ ਪ੍ਰਮਾਤਮਾ ਚੇਤੇ ਰਵੇ ਅਛੋ ਮੰਤਰੀਓ ਨੂੰ ਸਮਝਾਉਂਦਾ ਪਰ ਕਿੱਥੇ ਰਾਜ ਸਿੰਘਾਸਨ ਦੇ ਨਸ਼ੇ 'ਚ ਉਹ ਸੁਣਦਾ ਹੀ ਨਹੀਂ ਉਹਦੀ ਇੱਕ ਦਿਨ ਕਿਸੇ ਮਹਿਮੇਤ ਤੇ ਜਾਂਦਾ ਫਤਿਹ ਕਰਕੇ ਆਂਦਾ ਬੜਾ ਖੁਸ਼ ਹੈ ਨਾਮ ਬਣਦਾ ਸਿਕੰਦਰ ਨਾਮ ਬਣਦਾ ਉਹ ਤੁਰਦਾ ਤੁਰਦਾ ਉਸ ਵਜ਼ੀਰ ਦੇ ਕੋਲ ਪਹੁੰਚ ਜਾਂਦਾ ਉਹਨੂੰ ਕਹਿੰਦਾ ਵੀ ਤੂੰ ਵੀ ਮੇਰੇ ਨਾਲ ਰਹੀਂ ਬੋਲ ਅੱਜ ਜੋ ਤੂੰ ਮੰਗੇਗਾ ਤੈਨੂੰ ਦਿਆਂਗਾ ਤੈਨੂੰ ਮੂੰਹ ਮੰਗਿਆ ਨਾ ਉਹ ਕਹਿੰਦਾ ਜੀ ਸੱਚ ਕਹਿੰਦਾ ਹਾਂ ਕਹਿੰਦਾ ਦਿਓਗੇ ਕਹਿੰਦਾ ਦਿਆਂ ਕਹਿੰਦਾ ਫੇਰ ਸੋਚ ਲੋ ਉਹ ਮੰਤਰੀ ਜਦੋਂ ਦੋ ਵਾਰ ਕਹਿੰਦਾ ਸਕੰਦਰ ਵੀ ਬੜਾ ਤੇਜ਼ ਸੀ ਉਹਨੂੰ ਪਤਾ ਵੀ ਹੈ ਬੜਾ ਤੇਜ਼ ਮੰਤਰੀ ਹੈ ਮੇਰਾ ਕਿਤੇ ਰਾਜ ਸਿੰਘਾ ਸਿਣੀ ਨਾ ਮੰਗ ਲਵੇ ਉਹ ਕਹਿੰਦਾ ਫਿਰ ਮੇਰੀ ਵੀ ਇੱਕ ਸ਼ਰਤ ਹੈ ਸਕੰਦਰ ਕਹਿੰਦਾ ਮੇਰੀ ਵੀ ਇੱਕ ਸ਼ਰਤ ਹੈ ਤੂੰ ਜੋ ਮੰਗੇਗਾ ਮੈਂ ਦਿਆਂਗਾ ਪਰ ਸ਼ਰਤ ਇਹ ਹੈ ਮੈਂ ਘੋੜੇ ਦੀ ਰਿਕਾਬ ਦੇ ਉੱਤੇ ਪੈਰ ਰੱਖ ਕੇ ਛਾਲ ਮਾਰ ਕੇ ਘੋੜੇ ਤੇ ਚੜਨਾ ਮੇਰੇ ਘੋੜੇ ਦੇ ਚੜਦਿਆਂ ਚੜਦਿਆਂ ਜੋ ਤੂੰ ਮੰਗਿਆ ਤੈਨੂੰ ਦਿਆਂਗਾ ਉਹ ਕਹਿੰਦਾ ਮੈਨੂੰ ਮਨਜ਼ੂਰ ਹੈ ਹੁਣ ਸਕੰਦਰ ਦੇ ਮਨ 'ਚ ਇਹ ਹੰਕਾਰ ਸੀ ਮੈਂ ਬੜਾ ਵੱਡਾ ਘੋੜ ਸਵਾਰਾਂ ਮੈਂ ਤੇ ਅੱਦੇ ਸੈਕਰੀਟੀ ਨਹੀਂ ਲਾਉਣਾ ਅੱਧੇ ਸੈਕਿੰਡ ਚ ਘੋੜੇ ਤੇ ਚੜਦਾਗਾ ਤੇ ਕੀ ਮੰਗਲੇਗਾ ਅੱਧੇ ਸੈਕਿੰਡ ਚ ਉਹਨੇ ਘੋੜੇ ਦੀ ਇੱਕ ਰਕਾਬ ਤੇ ਪੈਰ ਰੱਖਿਆ ਵਜੀਰ ਨੇ ਅੱਗੋਂ ਘੋੜੇ ਦੀ ਲਗਾਮ ਫੜੀ ਖਲੋਤਾ ਤੇ ਜਿਉਂ ਹੀ ਘੋੜੇ ਤੇ ਚੜਨ ਲੱਗਾ ਨੇ ਆਵਾਜ਼ ਮਾਰੀ ਕਹਿੰਦਾ ਵਜੀਰ ਮੰਗ ਤੋ ਗਾਂ ਵਜੀਰ ਕਹਿੰਦਾ ਕਹਿੰਦਾ ਸਕੰਦਰੇ ਮਨ ਮੈਨੂੰ ਦੇ ਦੇ ਇਹ ਮਨ ਮੈਨੂੰ ਦੇ ਦੇ ਉਹ ਕਹਿੰਦਾ ਜਾਦ ਦਿੱਤਾ ਜਾਦ ਦਿੱਤਾ ਵਚਨ ਹੋ ਗਿਆ ਘੋੜੇ ਚ ਉਤਰਿਆ ਕਹਿੰਦਾ ਵੀ ਮੂਰਖਾ ਇੰਨੀ ਵੱਡਾ ਤੇਰੇ ਕੋਲ ਇੱਕ ਮੌਕਾ ਸੀ ਤੂੰ ਕਈ ਪਿੰਡਾਂ ਦੇ ਰਾਜ ਮੰਗ ਸਕਦਾ ਸੀ ਆ ਕੀ ਮੰਗਿਆ ਤੂੰ ਮਨ ਮੇਰੇ ਮਨ ਨੂੰ ਤੂੰ ਕੀ ਕਰੇਂਗਾ ਮੇਰਾ ਮੰਨ ਤੇਰੀ ਕਿਸ ਕੰਮ ਦਾ ਉਹ ਕਹਿੰਦਾ ਸਮਾਂ ਆਉਂਦੇ ਤੈਨੂੰ ਦੱਸਾਂਗਾ ਤੂੰ ਕਿੰਨਾ ਵੱਡਾ ਸੌਦਾ ਮੇਰੇ ਨਾਲ ਕਰ ਚੁੱਕੇ ਸ਼ਾਮਾਂ ਦਾ ਸਮਾਂ ਇਹਨੂੰ ਆਦਤ ਹੈ ਹਰ ਰੋਜ਼ ਨਸ਼ਾ ਕਰਕੇ ਸੁਣਦਾ ਰਾਜਾ ਹੈ ਨਸ਼ਾ ਕਰਕੇ ਸੁਣਦਾ ਜਦੋਂ ਸੌਣ ਲੱਗਾ ਨਸ਼ੇ ਕਰਨ ਵਾਸਤੇ ਤਿਆਰੀ ਕਰਨ ਲੱਗਾ ਵਜ਼ੀਰ ਸਾਹਮਣੇ ਖੜਾ ਹੋ ਗਿਆ ਕਹਿੰਦਾ ਸਿਕੰਦਰ ਕੀ ਕਰ ਰਿਹਾ ਹੈ ਕਹਦਾ ਨਸ਼ਾ ਕਰਨ ਲੱਗਾ ਕਹਦਾ ਕਿਉਂ ਕਰ ਲੱਗਾ ਕਹਿੰਦਾ ਮੇਰਾ ਮਨ ਕਰਦਾ ਉਹ ਕਹਿੰਦਾ ਭਰਾਵਾ ਮੰਨ ਤੇ ਤੂੰ ਸ਼ਵੇਰ ਦਾ ਮੇਨੂੰ ਦੇ ਬਿਠਾ ਹੋਇਆ ਮਨ ਤੇ ਸਾਰਿਆਂ ਦੇ ਸਾਹਮਣੇ ਤੂੰ ਬੇਚ ਬੈਠਾ ਹੋਇਆ ਹੈ ਹੁਣੇ ਮਨ ਤੇਰਾ ਨਹੀਂ ਮੇਰਾ ਹੈ ਦੂਜੇ ਦਿਨ ਉਹ ਕਮਰ ਕਸ਼ਾ ਕਰਕੇ ਤਿਆਰੀ ਕਰਕੇ ਲਾਓ ਲਸ਼ਕਰ ਲੈ ਕੇ ਨਿਕਲਦਾ ਵਜੀਰ ਸਾਹਮਣੇ ਆ ਜਾਂਦਾ ਕਹਿੰਦਾ ਕਿੱਥੇ ਚੱਲੇ ਆਂ ਕਹਿੰਦਾ ਫਲਾਣੇ ਰਾਜ ਹਿੰਦੇ ਦੇ ਉੱਤੇ ਹਮਲਾ ਕਰਕੇ ਉਹਦੇ ਲੱਖ ਲਾਕਾ ਜਿੱਤਣ ਚੱਲੇ ਉਹ ਕਹਿੰਦਾ ਕਿਉਂ ਚੱਲੇ ਆਂ ਕਹਿੰਦਾ ਮੇਰਾ ਮਨ ਕਰਦਾ ਹੈ ਗਿਰਾ ਮਨ ਕਰਦਾ ਮੈਂ ਜਿੱਥੇ ਮਰਜੀ ਜਿਹਨੂੰ ਮਰਜੀ ਜਿੱਤਾਂ ਉਹ ਕਹਿੰਦਾ ਪਰ ਮਨ ਤੇ ਤੇਰਾ ਹੈ ਹੀ ਨਹੀਂ ਮਨ ਤੇ ਕੱਲ ਸਾਰਿਆਂ ਦੇ ਸਾਹਮਣੇ ਤੂੰ ਮੈਨੂੰ ਦੇ ਬਿਠਾ ਹੁਣੇ ਮਨ ਤੇਰਾ ਨਹੀਂ ਮਨ ਮੇਰਾ ਹੈ ਹੁਣ ਜਿੱਦਾਂ ਦਾ ਮੈਂ ਕਿਆ ਮੰਗਾ ਉਹਦਾਂ ਦਾ ਤੂੰ ਕਰੇਂ ਬਸ ਗੁਰੂ ਕਹਿੰਦੇ ਨੇ ਆ ਮੇਰੇ ਨਾਲ ਸੌਦਾ ਮੇਰੇ ਨਾਲ ਸੌਦਾ ਸੋਨੇ ਦਾ ਨਹੀਂ ਹੈ ਮੇਰੇ ਨਾਲ ਏਸ਼ੀਆਂ ਪੱਖੀਆਂ ਦੇ ਸੌਦੇ ਨਹੀਂ ਮੇਰੇ ਨਾਲ ਜੇ ਸੌਦਾ ਕਰਨਾ ਹੀ ਤੇ ਸੌਦਾ ਹੈ ਮਨ ਵਿੱਚ ਹੈ ਸਤ ਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਤੁਸੀਂ ਮਨ ਮੈਨੂੰ ਦਿਓ ਮੇਰੀ ਤੁਹਾਡੇ ਨਾਲ ਵਾਦਾ ਹੈ ਤੁਹਾਡੇ ਸਾਰੇ ਕਾਰਜ ਜੋ ਤੁਸੀਂ ਮੰਗਦੇ ਹੋ ਨਾ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਉਸੀ ਇੱਕ ਸੋਦਾ ਕਰੋ ਮਨ ਦਾ ਬਸ ਸਾਸ਼ੰਗ ਤਜ ਮਨ ਨਹੀਂ ਗੁਰੂ ਨੂੰ ਬਾਕੀ ਸਭ ਕੁਝ ਦੇਣ ਵਾਸਤੇ ਤਿਆਰ ਮਹਾਰਾਜ ਤੁਸੀਂ ਜੋ ਕਬੋ ਆ ਤੁਸੀਂ ਵੇਖੋ ਨਾ ਗੁਰੂ ਘਰ ਚ ਆਵਾਜ਼ ਵੱਜੇ ਪੱਖਾ ਘਰਾਪ ਹੈ ਦੂਜੇ ਦਿਨ ਦੋ ਪੱਖੇ ਹੋਣੇ ਦਰੀ ਦੀ ਇੱਕ ਦੀ ਲੋੜ ਹੈ ਚਾਰ ਹੋਣੀ ਹੈ ਛੇ ਕਰਕੇ ਤੇ ਹੱਥ ਤੋਂ ਗੁਰੂ ਘਰ ਸਾਡੇ ਰਮਾਲਿਆਂ ਦਾ ਤੁਸੀਂ ਵੇਖਿਆ ਹਰ ਇੱਕ ਗੁਰੂ ਘਰ ਚਾਹੇ ਉਹ ਜਿੱਥੇ ਵਸੋ ਘਾਟੂ ਵੇ ਸਿੱਖਾਂ ਦੀ ਛੋਟੀ ਇਮਾਰਤ ਹੋਵੇ ਚਾਹੇ ਵੱਡੀ ਜਿਸ ਗੁਰੂ ਘਰ ਵੀ ਜਾਓ ਵੱਡੀ ਸਮੱਸਿਆ ਬਣ ਜਾਂਦੀ ਵੀ ਰਮਾਲੇ ਸਮੀ ਕਿੱਥੇ ਇੱਕ ਦੀ ਲੋੜ ਹੁੰਦੀ ਸੀ ਪਪਾ ਚਾਰ ਲੈ ਕੇ ਆਵਾਂਗੇ ਤੇ ਜੇ ਉੱਥੋਂ ਹੀ ਆਵਾਜ਼ ਵੱਜ ਜੇ ਵੀ ਤੁਹਾਡੇ ਚੋਂ ਜਿਹਨੂੰ ਪੰਜਾਬੀ ਪੜ੍ਹਨ ਨਹੀਂ ਆਉਂਦੀ ਇੱਥੇ ਸਿਖਾਓ ਆ ਕੇ ਇੱਕ ਵੀ ਆਉਣ ਬਾਤ ਤੇ ਤਿਆਰ ਨਹੀਂ ਜਿਹਨੂੰ ਸਹਿਜ ਪਾਠ ਆਉਂਦਾ ਇੱਥੇ ਆ ਕੇ ਸਿਖਾਓ ਨਾ ਸਤਿਗੁਰੂ ਕਹਿੰਦੇ ਬਸ ਤੁਹਾਡਾ ਤੇ ਮੇਰਾ ਸੋਤਾ ਉਲਟ ਹੈ ਮੈਂ ਕਿਸੇ ਹੋਰ ਚੀਜ਼ ਦਾ ਵਪਾਰੀ ਹਾਂ ਤੇ ਤੁਸੀਂ ਵਪਾਰ ਕੁਝ ਹੋਰ ਕਰ ਰਹੇ ਹੋ ਇਹ ਜੀ ਗੱਲ ਤੇ ਅਦਾਸ ਸਾਹਿਬ ਨੇ ਕਹੀ ਸੀ ਨਾ ਕਹਿੰਦੇ ਹਾਉ ਬਰੰਜਾਰਨ ਰਾਮ ਕੋ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਈ ਰੇ ਕਹਦਾ ਕੋਈ ਆ ਬਨਚਾਰਾ ਜਿਹੜਾ ਇਦਾਂ ਦਾ ਮੇਰੇ ਨਾਲ ਸੌਦਾ ਕਰ ਦੇ ਮੈਂ RAM ਨਾਮ ਧਨ ਲਾਦਿਆ ਕਹਦਾ ਮੈਂ RAM ਨਾਮ ਦਾ ਧਨ ਮੁੱਢੇ ਤੇ ਚੁਕਿਆ ਇਥੇ ਵਿਖਲਾ ਦੀ ਸੰਸਾਰ ਲੋਕਾਂ ਨੇ ਯਹਰਾਂ ਦਾ ਸੌਦਾ ਚੁਕਿਆ ਆਓ ਸਾਧ ਸੰਗਤ ਗੁਰੂ ਕਿਰਪਾ ਕਰੇ ਸਾਨੂੰ ਗੁਰੂ ਨਾਲ ਸੌਦਾ ਕਰਨਾ ਅਜੇ ਅਸੀਂ ਦੁਨੀਆਵੀ ਪਦਾਰਥਾਂ ਦਾ ਗੁਰੂ ਨਾਲ ਸੌਦਾ ਨਾ ਕਰੀਏ ਗੁਰੂ ਕੋਲ ਜਦੋਂ ਵੀ ਮੰਗਣਾ ਤੇ ਇੱਕੋ ਹੀ ਚੀਜ਼ ਮੰਗੀਏ ਮੰਗਨਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ ਮੇਰੇ ਤੇ ਕਿਰਪਾ ਕਰ ਮੇਰੀ ਸਾਰੀ ਜ਼ਿੰਦਗੀ ਤੇਰੇ ਜਸ ਗਾਇਨ ਕਰਦਿਆਂ ਕਰਦਿਆਂ ਤੇਰੇ ਜਸ ਸ਼ਰਨ ਕਰਦਿਆਂ ਕਰਦਿਆਂ ਸੰਸਾਰ ਦੇ ਵਿੱਚੋਂ ਜਾਇ ਆ ਮੰਗਣਾ ਹੈ ਸਭ ਤੋਂ ਵੱਡਾ ਧੰਨ ਹੈ ਅਰਦਾਸ ਚ ਪੜਦੇ ਨਾ ਸਿੱਖਾਂ ਨੂੰ ਸਿੱਖੀ দান ਕੇਸ দান ਰਵੇਖ ਵਿਸਾਦ দান ਅਖੀਰ ਚ ਕੀ ਹੁੰਦਾ ਦਾਨਾ ਸਿਰਦਾਨ ਸਿਰ ਦੇ ਦਾ ਦਾਨ ਕੀ ਨਾਮਦਾਨ ਨਾਮ ਦਾ ਸਮਝੋਤਾ ਮਨ ਦਾ ਸਮਝੋਤਾ ਗੁਰੂ ਨਾਲ ਕਰ ਲਈਏ ਸਾਧ ਸੰਗਤ ਸਾਡਾ ਸੰਸਾਰ ਤੇ ਆਉਣਾ ਜਾਣਾ ਸਫਲ ਹੋ ਜਾਣਾ